ਨਮਸਕਾਰ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਮੈਂ ਹਾਂ ਪ੍ਰਮੇਂਦਰ ਕੌਰ ਪਹਿਲਾਂ ਪੇਸ਼ ਨੇ ਚੁੰਨੀਆਂ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਗਰੀਬ ਵਰਗ ਲਈ ਜੋ ਕੰਮ ਪਿਛਲੇ 6 ਸਾਲਾਂ ਦੌਰਾਨ ਹੋਏ ਨੇ ਉਹ ਪਹਿਲਾਂ ਕਦੇ ਨਹੀਂ ਹੋਏ ਰੇੜੀ ਫੜੀ ਵਾਲਿਆਂ ਨੂੰ ਆਤਮ ਨਿਰਭਰ ਬਣਾਉਣ ਬਾਰੇ ਵਿਸ਼ੇਸ਼ ਯੋਜਨਾ ਪ੍ਰਧਾਨ ਮੰਤਰੀ ਸਵੈ ਨਿਰਦੀ ਸਕੀਮ ਤਹਿਤ ਮਧ ਪ੍ਰਦੇਸ਼ ਦੇ ਲਾਭਪਾਤਰੀਆਂ ਨੂੰ ਵੀਡੀਓ ਕਾਨਫਰੰਸ ਰਾਹੀਂ ਸੰਬੋਧਨ ਕਰਦੇ ਮੋਦੀ ਨੇ ਕਿਹਾ ਕਿ ਗਰੀਬਾਂ ਨੂੰ ਕਿਸੇ ਤਰ੍ਹਾਂ ਦੀ ਕਾਟ ਨੂੰ ਸਰਕਾਰ ਨੇ ਸਕੀਮਾਂ ਰਾਹੀਂ ਦੂਰ ਕੀਤਾ ਅੰਬਾਲਾ 에어ਬੇਸ ਤੇ ਰਾਫੇਲ ਲੜਾਕੂ ਜਹਾਜ਼ ਦੇ ਪਹਿਲੇ ਬੈਚ ਨੂੰ ਭਾਰਤੀ ਹਵਾਈ ਸੈਨਾ ਚ ਰਸਮੀ ਤੌਰ ਤੇ ਸ਼ਾਮਿਲ ਕਰਨ ਦੀ ਅੱਜ ਕਰਵਾਏ ਜਾ ਰਹੇ ਸਮਾਗਮ ਚ ਪ੍ਰਧਾਨ ਦੇ ਵਕੀਆ ਮੰਤਰੀ ਰਾਜਨਾਥ ਸਿੰਘ ਤੇ ਉਹਨਾਂ ਦੇ ਫ੍ਰਾਂਸੀਸੀ ਹ ਮੌਦਾ ਫਲੋਰੈਂਸ ਪਾਰਲੀਵੀ ਸ਼ਾਮਿਲ ਹੋਣਗੇ ਵਿਦੇਸ਼ ਮੰਤਰੀ ਡਾਕਟਰ ਐਸ ਜੈ ਸ਼ੰਕਰ ਵੱਲੋਂ ਮਾਸਕੋ ਚ ਤਜ਼ਾਕਿਸਤਾਨ ਤੇ ਕਿਰਗਿਸਤਾਨ ਦੇ ਵਿਦੇਸ਼ ਮੰਤਰੀਆਂ ਨਾਲ ਮੁਲਾਕਾਤ ਕੋਵਿਡ-19 ਸੰਕਟਕਾਲ ਦੌਰਾਨ ਸੜਕ ਆਵਾਜਾਈ ਤੇ ਸ਼ਰਾ ਮੰਤਰਾਲੇ ਨੇ ਆਤਮ ਨਿਰਭਰ ਭਾਰਤ ਤਹਿਤ 10000 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਜਾਰੀ ਕੀਤੀ। ਪੰਜਾਬ 'ਚ ਕੋਵਿਡ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਐਤਵਾਰ ਨੂੰ ਮੁਕੰਮਲ ਲਾਕਡਾਊਨ ਦਾ ਐਲਾਨ। ਦੁਕਾਨਾਂ ਤੇ ਸ਼ਾਪਿੰਗ ਮਾਲਾਂ ਨੂੰ ਸੋਮਵਾਰ ਤੋਂ ਸ਼ਨੀਵਾਰ ਰਾਤ 9 ਵਜੇ ਤੱਕ ਖੁੱਲ੍ਹਿਆ ਜਾ ਸਕਦਾ ਹੈ। ਪੂਰਾ ਹਫਤਾ ਸਾਰੇ ਸ਼ਹਿਰਾਂ 'ਚ ਰਾਤ 9:30 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਲਾਗੂ ਰਹੇਗਾ। ਪੰਜਾਬ 'ਚ ਕੱਲ 2137 ਨਵੇਂ ਕੋਵਿਡ ਕੇਸਾਂ ਦੀ ਪੁਸ਼ਟੀ ਨਾਲ ਕੁੱਲ ਕੇਸਾਂ ਦੀ ਗਿਣਤੀ 69,69,000 ਤੋਂ ਵੱਧ ਹੋਈ। ਬੀਤੇ ਦਿਨ 1231 ਮਰੀਜ਼ ਸਹਤਯਾਬ ਹੋਏ। ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਦੇਸ਼ ਗਰੀਬ ਬਾਰੇ ਪਹਿਲਾਂ ਵੀ ਕਾਫੀ ਜ਼ਿਆਦਾ ਚਰਚਾ ਹੁੰਦੀ ਰਹੀ ਹੈ ਪਰ ਗਰੀਬ ਵਰਗ ਲਈ ਜੋ ਕੰਪਿਛਲੇ 6 ਸਾਲਾਂ ਦੌਰਾਨ ਹੋਏ ਨੇ ਉਹ ਪਹਿਲਾਂ ਕਦੇ ਨਹੀਂ ਹੋਏ ਵੀਡੀਓ ਕਾਨਫਰੰਸ ਰਾਹੀਂ ਰੇੜੀ ਫੜੀ ਵਾਲਿਆਂ ਨੂੰ ਆਤਮ ਨਿਰਭਰ ਬਣਾਉਣ ਬਾਰੇ ਵਿਸ਼ੇਸ਼ ਯੋਜਨਾ ਪ੍ਰਧਾਨ ਮੰਤਰੀ ਸਵੈ ਨਿਦੀਸਕੀਮ ਤਹਿਤ ਮਧ ਪ੍ਰਦੇਸ਼ ਦੇ ਲਾਪਤਿਆਂ ਨੂੰ ਸੰਬੋਧਨ ਕਰਦੇ ਉਹਨਾਂ ਕਿਹਾ ਕਿ ਜੇ ਕਿਸੇ ਸੈਕਟਰ ਵਿੱਚ ਗਰੀਬਾਂ ਨੂੰ ਕਿਸੇ ਤਰ੍ਹਾਂ ਦੀ ਕਾਟ ਸੀ ਸਰਕਾਰ ਨੇ ਉਸ ਨੂੰ ਸਕੀਮਾਂ ਰਾਹੀਂ ਦੂਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਵੈ ਨਿਧੀ ਯੋਜਨਾ ਦਾ ਮਕਸਦ ਕਰੋਨਾ ਕਰਕੇ ਆਪਣੇ ਕਾਰੋਬਾਰ ਜਾਂ ਕੰਮ ਕਰ ਗਵਾ ਚੁੱਕੇ ਗਰੀਬ ਵਰਗ ਦੇ ਲੋਕਾਂ ਨੂੰ ਆਪਣਾ ਕੰਮ ਮੁੜ ਸ਼ੁਰੂ ਕਰਨ ਲਈ ਆਸਾਨ ਪੂੰਜੀ ਮੁਹੱਈਆ ਕਰਾਉਣਾ ਹੈ। ਨਰੇਂਦਰ ਮੋਦੀ ਨੇ ਕਿਹਾ ਕਿ ਪਹਿਲੀ ਵਾਰ ਹੋਇਆ ਹੈ ਕਿ ਦੇਸ਼ ਭਰ ਦੇ ਲੱਖਾਂ ਰੇੜੀ ਫੜੀ ਵਾਲੇ ਲੋਕ ਸਹੀ ਮਾਇਨੇ ਚ ਇੱਕ ਸਿਸਟਮ ਨਾਲ ਜੁੜੇ ਨੇ ਅਤੇ ਉਹਨਾਂ ਦੀ ਆਪਣੀ ਪਛਾਣ ਹੈ ਸਵੈ ਨਿਧੀ ਸਕੀਮ ਦੇ ਫਾਇਦੇਆਂ ਦਾ ਜ਼ਿਕਰ ਕਰਦੇ ਹੋਣਾਂ ਕਿ ਇਹ ਸਕੀਮ ਨਾਲ ਹੀ ਰੇੜੀ ਫੜੀ ਵਾਲੇ ਕਰਜ਼ੇ ਤੇ ਵਿਆਜ ਤੋਂ ਪੂਰੀ ਤਰ੍ਹਾਂ ਮੁਕਤ ਹੋ ਸਕਣਗੇ ਉਹਨਾਂ ਦੱਸੇ ਕਿ ਇਸ ਸਕੀਮ ਤਹਿਤ ਪਹਿਲਾਂ ਹੀ 7% ਵਿਆਜ ਦੀ ਛੋਟ ਦਿੱਤੀ ਜਾ ਰਹੀ ਹੈ ਪਰ ਜੇ ਰੇੜੀ ਫੜੀ ਵਾਲੇ ਕੁਝ ਗੱਲਾਂ ਦਾ ਧਿਆਨ ਰੱਖਣ ਤਾਂ ਉਹਨਾਂ ਨੂੰ ਉਹ ਵੀ ਨਹੀਂ ਪਰਣਾ ਪਵੇਗਾ ਅਰੇ ਜੋ ਗਰੀਬ ਭਾਈ ਬਹਿਣੇ जो श्रमिक साथी हैं जो रेहड़ी पटरी वाले साथी हैं इन सब से महामारी के संकट को उन सब ने बहुत ज्यादा महसूस किया है अनेकों ऐसे साथी हैं जो किसी दूसरे शहर में काम करते थे लेकिन महामारी के दौरान उन्हें अपने गांव लौटना पड़ा और इसलिए कोरोना वैश्विक महामारी के दौरान पहले दिन से सरकार का देश का ये प्रयास रहा है कि गरीब की जितनी दिक्कतें हम कम कर सकें उसको कम करने के लिए सक्रिय रूप से प्रयास करें ਅੱਜ 에어ਫੋਰਸ ਸਟੇਸ਼ਨ ਅੰਮ੍ਰਿਤਸਰ ਚ ਰਫੀਲ ਲੜਾਕੂ ਹਵਾਈ ਜਹਾਜ਼ਾਂ ਦੇ ਪਹਿਲੇ ਬੈਚ ਨੂੰ ਪਾਰਤੀ ਹਵਾਈ ਸੈਨਾ ਚ ਸ਼ਾਮਲ ਕਰਨ ਬਾਰੇ ਕਰਵਾਈ ਜਾਣ ਵਾਲੀ ਵਿਸ਼ੇਸ਼ ਸਮਾਗਮ ਚ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਨਾਲ 프랑ਸ ਦੀ ਰੱਖਿਆ ਮੰਤਰੀ ਫਲੋਰੈਂਸ ਪਰਲੀ ਵੀ ਮੌਜੂਦ ਰਹਿਣਗੇ ਰੱਖਿਆ ਮੰਤਰਾਲਾ ਅਨੁਸਾਰ ਰਾਫੇਲ ਲੜਾਕੂ ਜਹਾਜ਼ਾਂ ਦਾ ਪਹਿਲਾ ਬੈਚ 17 ਸਕੁਐਡਨ ਗੋਲਡਨ 에어로ਜ਼ ਦਾ ਹਿੱਸਾ ਹੋਵੇਗਾ ਜ਼ਿਕਰਯੋਗ ਹੈ ਕਿ ਪਹਿਲੇ 5 ਰਾਫੇਲ ਲੜਾਕੂ ਜਹਾਜ਼ ਫਰਾਂਸ ਤੋਂ 27 ਜੁਲਾਈ ਨੂੰ ਅੰਬਾਲਾ 에ਅਰ ਬੇਸ ਤੇ ਪਹੁੰਚੇ ਸਨ ਫਲੋਰੈਂਸ ਪਰਲੀ ਇਸ ਸਮਾਗਮ 'ਚ ਵਿਸ਼ੇਸ਼ ਤੌਰ ਤੇ ਭਾਰਤ ਦੇ ਦੌਰੇ ਤੇ ਨੇ फ्लोरेंस बारली ਦਾ 2017 ਤੋਂ ਬਾਅਦ ਪਰਦੇ ਤੀਜਾ ਦੌਰਾ ਹੋਵੇਗਾ ਆਪਣੇ ਇਸ ਦੌਰੇ ਦੌਰਾਨ ਫ੍ਰਾਂਸੀ ਦੀ ਰੱਖਿਆ ਮੰਤਰੀ ਫਲੋਰੈਂਸ ਬਾਰਲੀ ਪਰਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਪਰਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਦੁਬਾਲਨ ਨਾਲ ਮੁਲਾਕਾਤ ਵੀ ਕਰਨਗੇ ਇਨ੍ਹਾਂ ਮੀਟਿੰਗਾਂ ਦੌਰਾਨ ਦੋਹਾਂ ਧਿਰਾਂ ਵੱਲੋਂ ਰੱਖਿਆ ਸੰਚਾਲਨ ਸਹਿਯੋਗ ਖਾਸ ਕਰਕੇ ਭਾਰਤ ਪ੍ਰਸ਼ਾਂਤ ਖੇਤਰ ਵਿੱਚ ਮੰਦਰੀ ਸੁਰੱਖਿਆ ਅਤੇ ਅਤਵਾਦ ਤੇ ਕਾਬੂ ਪਾਉਣ ਲਈ ਸਹਿਯੋਗ ਬਾਰੇ ਚਰਚਾ ਹੁੰਦੀ ਸੰਭਾਵਨਾ ਹੈ ਚੰਗਾਈ ਸਹਿਯੋਗ ਸੰਗਠਨ ਦੇ ਮੈਂਬਰ ਮੁਲਕਾਂ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਚੀਸਾ ਲੈਨ ਮਾਸਕੋ ਪਹੁੰਚੇ ਭਾਰਤੀ ਵਿਦੇਸ਼ ਮੰਤਰੀ ਡਾਕਟਰ ਐਸ ਜੈ ਸ਼ੰਕਰ ਮੀਟਿੰਗ ਦੇ ਆਸ-ਪਾਸੇ ਤਜ਼ਾਕਿਸਤਾਨ ਅਤੇ ਕਿਰਗਿਸਤਾਨ ਦੇ ਹਮ ਅਹੁਦਾ ਨਾਲ ਮੁਲਾਕਾਤ ਕੀਤੀ ਡਾਕਟਰ ਜੈ ਸ਼ੰਕਰ ਨੇ ਟਵੀਟ ਰਾਹੀਂ ਜਾਣਕਾਰੀ ਸਾਂਝੀ ਕਰਦੇ ਦੱਸਿਆ ਕਿ ਦੋਹਾਂ ਨੇਤਾਵਾਂ ਨਾਲ ਦੁਬਲੇ ਅਤੇ ਖੇਤਰੀ ਮੁੱਦਿਆਂ ਤੇ ਚਰਚਾ ਕੀਤੀ ਗਈ ਅਤੇ ਉਨ੍ਹਾਂ ਦੇ ਰਣਨੀਤਿਕ ਭਾਈਵਾਲ ਦੇ ਸਾਰੇ ਪਹਿਲੂਆਂ ਤੇ ਅੱਗੇ ਵਧਣ ਲਈ ਸਹਿਮਤੀ ਜਤਾਈ ਡਾਕਟਰ ਜੈ ਸ਼ੰਕਰ ਨੇ ਕਿਹਾ ਕਿ ਤਜ਼ਾਕਿਸਤਾਨ ਦੇ ਵਿਦੇਸ਼ ਮੰਤਰੀ ਸੀਰੋਜੀ ਦੀਨ ਮੋਹਿਰੀਦੀਨ ਅਤੇ ਕਿਰਗਿਸਤਾਨ ਦੇ ਵਿਦੇਸ਼ COUNTRY. ਅਯਦ ਬੇਕੋਬ ਨਾਲ ਦੁਵਲੀਆਂ ਮੀਟਿੰਗਾਂ ਬੇਹੱਦ ਸਫਲ ਰਹੀਆਂ ਉਹਨਾਂ ਨੇ ਕਿਹਾ ਕਿ ਭਾਰਤ ਤੇ ਪਾਕਿਸਤਾਨ ਵਿਚਾਲੀਤ ਬੱਲੇ ਤੇ ਖੇਤਰੀ ਸਹਿਯੋਗ ਤੇ ਧਾਰੀ ਸਬੰਧ ਆਪਸੀ ਪਾਈਵਾਲੀਲੀ ਮਹੱਤਵਪੂਰਨ ਸਾਬਿਤ ਹੋਣਗੇ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਅਜ ਸ਼ੰਗਾਈ ਸ਼ੰਗਾਈ ਸਹਿਯੋਗ ਸੰਗਠਨ ਦੇ ਮੈਂਬਰ ਮੁਲਕਾਂ ਦੇ ਹੋਰਨਾ ਹਮਰਤਬਾ ਨਾਲ ਵੀ ਦੁਵਲੀਆਂ ਮੀਟਿੰਗਾਂ ਕਰਨਗੇ ਤੇ ਸੰਗਠਨ ਦੀ ਮੁੱਖ ਮੀਟਿੰਗ 'ਚ ਹਿੱਸਾ ਲੈਣ ਕੇ ਵਿਦੇਸ਼ ਮੰਤਰੀ ਦੇ ਇਸ ਰੂਸ ਫੇਰੀ ਨੂੰ ਰਣਨੀਤਿਕ ਤੌਰ ਤੇ ਕਾਫੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਕਿਉਂਕਿ ਜੋ ਉਹਨਾਂ ਤੋਂ ਪਹਿਲਾਂ ਰੱਖਿਆ ਮੰਤਰੀ ਰਾਜ ਗੁਨਾਤ ਸਿੰਘ ਵੀ ਰੂਸ ਦਾ ਦੌਰਾ ਕਰ ਚੁੱਕੇ ਨੇ ਸੂਤਰਾਂ ਮੁਤਾਬਿਕ ਸੰਗਠਨ ਦੀ ਇਸ ਮੀਟਿੰਗ ਦੌਰਾਨ ਜਾਂ ਇਸ ਦੇ ਆਸ-ਪਾਸੇ ਭਾਰਤ ਤੇ ਚੀਨ ਦੇ ਵਿਦੇਸ਼ ਮੰਤਰੀਆਂ ਵਿਚਾਲੇ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਹੋਣ ਦੀ ਪੁਸ਼ਟੀ ਨਹੀਂ ਹੈ ਭਾਰਤ, ਫਰਾਂਸ ਅਤੇ ਆਸਟ੍ਰੇਲੀਆ ਨੇ ਕੱਲ ਵਰਚੁਅਲ ਮੀਟਿੰਗ ਰਾਹੀਂ ਤੇ ਕੋਨੇ ਤੇ ਖੇਤਰੀ ਮੁੱਦਿਆਂ ਤੇ ਗੱਲਬਾਤ ਕੀਤੀ। ਭਾਰਤ ਵੱਲੋਂ ਵਿਦੇਸ਼ ਕਤਰ ਹਰਸ਼ਵਰਧਨ ਸ਼੍ਰਿੰਗਲਾ, ਫਰਾਂਸ ਦੇ ਵਿਦੇਸ਼ ਮੰਤਰਾਲੇ ਦੇ ਸਕੱਤਰ ਜਨਰਲ ਫਰਾਂਸਿਸ ਡੈਲਾਟਰ ਅਤੇ ਆਸਟ੍ਰੇਲੀਆ ਦੇ ਵਿਦੇਸ਼ ਮਾਮਲਿਆਂ ਬਾਰੇ ਮਹਿਕਮੇ ਦੇ ਸਕੱਤਰ ਫਰਾਂਸਿਸ ਐਡਮਸਨ ਨੇ ਤੇ ਕੋਨੀ ਮੀਟਿੰਗ 'ਚ ਸ਼ਿਰਕਤ ਕੀਤੀ। ਇਸ ਤੇ ਕੋਨੀ ਗੱਲਬਾਤ ਦਾ ਵਿਸ਼ਾ ਭਾਰਤ ਪ੍ਰਸ਼ਾਂਤ ਖੇਤਰ ਵਿੱਚ ਆਪਸੀ ਸਹਿਯੋਗ ਵਧਾਏ ਜਾਣ ਤੇ ਕੇਂਦਰੀਤ ਰਿਹਾ। ਮੀਟਿੰਗ ਦੌਰਾਨ ਤਿੰਨਾਂ ਦੇਸ਼ਾਂ ਨੇ ਰਣਨੀਤਿਕ ਪੱਧਰ ਦੀ ਇਸ ਗੱਲਬਾਤ ਨੂੰ ਸਲਾਨਾ ਆਧਾਰ ਤੇ ਕਰਵਾਏ ਜਾਣ ਤੇ ਸਹਿਮਤੀ ਜਤਾਈ। ਇਸ ਤੋਂ ਇਲਾਵਾ ਅਵਤਨ ਦੇਸ਼ਾਂ ਦੇ ਉੱਚ ਅਧਿਕਾਰੀਆਂ ਵੱਲੋਂ ਆਪਸੀ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਸੰਪਰਕ ਨੂੰ ਵਧਾਉਣ ਤੇ ਵੀ ਚਰਚਾ ਕੀਤੀ ਗਈ ਇਸ ਤਿਕੋਣੀ ਮੀਟਿੰਗ ਦੌਰਾਨ ਸਮੁੰਦਰੀ ਖੇਤਰ ਵਿਚਾਲਮੀ ਮੁੱਦਿਆਂ ਤੇ ਸਹਿਮਤੀ ਅਤੇ ਸਹਿਯੋਗ ਦੇ ਸੰਭਾਵਿਕ ਖੇਤਰਾਂ ਦੀ ਪਛਾਣ ਅਤੇ ਿਕੋਣੇ ਅਤੇ ਖੇਤਰੀ ਮੁੱਦਿਆਂ ਤੇ ਗੱਲਬਾਤ ਲਈ ਸੁਖਾਵਾਂ ਮਾਹੌਲ ਸਿਰਜਣ ਤੇ ਸਹਿਮਤੀ ਬਣਾਈ ਗਈ ਗੱਲਬਾਤ ਦੇ ਮੁੱਖ ਵਿਸ਼ੇ ਤੋਂ ਇਲਾਵਾ ਕੋਵਿਡ-19 ਮਹਾਮਾਰੀ ਦੀਆਂ ਚੁਣੌਤੀਆਂ ਤੇ ਇਸ ਦੇ ਸੰਭਾਵਿਤ ਨੁਕਸਾਨ ਦੀ ਭਰਪਾਈ ਲਈ ਲੋੜੀਂਦੇ ਯਤਨਾਂ ਤੇ ਵੀ ਵਿਚਾਰ ਚਰਚਾ ਕੀਤੀ ਗਈ ਕੋਵਿਡ-19 ਦੇ ਸੰਕਟ ਕਾਲ ਦੌਰਾਨ ਸੜਕ ਆਵਾਜਾਈ ਤੇ ਸ਼ਹਿਾਰਾ ਮੰਤਰਾਲੇ ਨੇ ਆਤਮ ਨਿਰਭਰ ਭਾਰਤ ਯੋਜਨਾ ਤਹਿਤ 10000 ਕਰੋੜ ਰੁਪਏ ਤੋਂ ਵੱਧ ਦੇ ਫੰਡ ਜਾਰੀ ਕੀਤੇ ਨੇ ਮੰਤਰਾਲੇ ਵੱਲੋਂ ਜਾਰੀ ਇੱਕ ਬਿਆਨ ਮੁਤਾਬਕ ਵਕਫ ਪ੍ਰੋਜੈਕਟਾਂ ਦੀ ਸ਼ੁਰੂਆਤ ਅਤੇ ਚਾਲੂ ਪ੍ਰੋਜੈਕਟਾਂ ਨੂੰ ਅੱਗੇ ਵਧਾਉਣ ਲਈ 2475 ਕਰੋੜ ਰੁਪਏ ਦੀ ਰਾਸ਼ੀ ਵੀ ਛੇਤੀ ਹੀ ਜਾਰੀ ਕੀਤੀ ਜਾਵੇਗੀ ਉਨਾ ਕਿ ਕਿ ਕਾਰੋਬਾਰ ਨੂੰ ਸੁਖਾਲਾ ਕਰਨ ਤੇ ਹਿੱਤ ਤਾਰਕਾਂ ਦੇ ਹੌਂਸਲੇ ਨੂੰ ਉਤਸ਼ਾਹਿਤ ਕਰਨ ਲਈ ਗੁਣਵੱਤਾ ਅਧਾਰਿਤ ਸੜਕੀ ਟਾਂਚੀ ਨੂੰ ਮਜ਼ਬੂਤ ਕਰਨ ਲਈ ਕਦਮ ਉਠਾਏ ਜਾ ਰਹੇ ਨੇ ਮੰਤਰੀਅਲ ਨੇ ਕਿਹਾ ਕਿ ਆਤਮ ਨਿਰਭਰ ਭਾਰਤ ਸਕੀਮ ਤਹਿਤ ਅਦਾਇਗੀ ਪ੍ਰਕਿਰਿਆ ਨੂੰ ਸੁਖਾਲਾ ਕੀਤਾ ਗਿਆ ਉਹਨਾਂ ਦੱਸਿਆ ਕਿ ਚੱਲ ਰਹੀ ਪ੍ਰੋਜੈਕਟਾਂ ਦੇ ठेकेदारਾਂ ਨੂੰ ਪ੍ਰੋਜੈਕਟ ਦੇ ਮੁਕੰਮਲ ਹੋਣ ਤੇ ਅਦਾਇਗੀ ਕਰਨ ਦੀ ਬਜਾਏ ਮਹੀਨਾਵਾਰ ਆਧਾਰ ਤੇ ਅਦਾਇਗੀ ਕੀਤੀ ਜਾ ਰਹੀ ਹੈ ਮੰਤਰੀਅਲ ਨੇ ਬਿਆਨ ਚੁੱਕਿਆ ਕਿ ਆਤਮ ਨਿਰਭਰ ਭਾਰਤ ਯੋਜਨਾ ਕੌਮੀ ਸ਼ਾਰਾ ਪ੍ਰੋਜੈਕਟਾਂ ਦੇ ਸਮੇਂ ਸਿਰ ਪੂਰਾ ਹੋਣ ਲਈ ਕਾਰਗਰ ਤਬਤ ਹੋਈ ਹੈ ਮਹਾਮਾਰੀ ਦੇ ਸਮੇਂ ਦੌਰਾਨ ਇਸ ਯੋਜਨਾ ਨੇ ठेकेदारों ਅਤੇ ਹੋਰਨਾਂ ਹਿੱਤ ਧਾਰਕਾਂ ਲਈ ਵਕ ਵਕ ਰਾਹਤ ਪੈਕੇਜਾਂ ਤਹਿਤ ਮਦਦ ਪਹੁੰਚਾਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਤਮ ਨਿਰਭਰ ਭਾਰਤ ਪ੍ਰੋਗਰਾਮ ਦੀ ਹਰ ਪਾਸੇ ਛੁਲਾਗਾ ਹੋ ਰਹੀ ਹੈ ਲੋਕਾਂ ਨੇ ਮੋਦੀ ਸਰਕਾਰ ਵੱਲੋਂ ਚੀਨ ਵਿਰੁੱਧ ਅਖਤਿਆਰ ਕੀਤੇ ਗੇ ਸਖਤ ਰੁਖ ਦਾ ਸਮਰਥਨ ਕੀਤਾ ਹੈ ਜਲੰਧਰ ਦੇ ਖਾਸ ਕਰਕੇ ਖੇਡਾਂ ਦੇ ਸਮਾਨ ਤਿਆਰ ਕਰਨ ਵਾਲੇ ਉਦਮੀਆਂ ਦਾ ਆਖਣਾ ਹੈ ਕਿ ਬਾਹਰਲੇ ਮੁਲਕ ਦੀਆਂ ਵਸਤਾਂ ਦੀ ਦਰਾਮਦ ਦੀ ਬਜਾਏ ਦੇਸ਼ ਵਿੱਚ ਬਣੀਆਂ ਵਸਤਾਂ ਨੂੰ ਪ੍ਰਮੋਟ ਕਰਨ ਨਾਲ ਉਨ੍ਹਾਂ ਨੂੰ ਲਾਭ ਹੋਵੇਗਾ ਦਿਲੰਦਰ ਦੇ ਖੇਡ ਸਨਤ ਦੇ ਕਾਰੋਬਾਰੀਆਂ ਨੇ ਦੂਰਦਰਸ਼ਨ ਨੁਮਾਇੰਦੇ ਨਾਲ ਗੱਲਬਾਤ ਕਰਦੇ ਹਾਂ ਕਿ ਮੋਦੀ ਸਰਕਾਰ ਤੋਂ ਪਹਿਲਾਂ ਕੇਸਬੀ ਸਰਕਾਰ ਵਿੱਚ ਇੰਨਾ ਦਮ ਨਹੀਂ ਸੀ ਕਿ ਉਹ ਚੀਨ ਵਿਰੁੱਧ ਕੋਈ ਸਖਤ ਕਦਮ ਚੁੱਕ ਸਕੇ ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ ਨਾ ਸਿਰਫ ਹਿੰਦੁਸਤਾਨ ਆਤਮ ਨਿਰਪਰ ਬਣੇਗਾ ਸਗੋਂ ਸਾਡੀਆਂ ਸਰਮਾਵਾਂ ਦੀ ਦਿਨ ਰਾਤ ਰਾਖੀ ਕਰਨ ਵਾਲੇ ਜਵਾਨਾਂ ਵਿੱਚ ਵੀ ਆਤਮ ਵਿਸ਼ਵਾਸ ਵਧੇਗਾ ਪਹਿਲੀ ਸਰਕਾਰ ਆਈ ਹੈ ਜਿਨੇ ਚਾਈਨਾ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ ਤੇ ਸਾਨੂੰ ਬਹੁਤ ਪ੍ਰਾਊਡ ਫੀਲ ਹੁੰਦਾ ਮੋਦੀ ਗਵਰਨਮੈਂਟ ਤੇ ਜਿਨ੍ਹਾਂ ਨੇ ਇੱਕ ਸਲੋਗਨ ਦਿੱਤਾ ਹੈ ਆਤਮ ਨਿਰਭਰ ਭਾਰਤ ਦਾ ਜਿਹਦੇ ਕਰਕੇ ਇੱਥੇ ਦੇ ਵਪਾਰਿਕ ਸੰਗਠਨਾਂ ਨੂੰ ਵਪਾਰਿਕ ਇਕਾਈਆਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਏਗਾ ਉਹ ਮੋਦੀ ਸਰਕਾਰ ਸਾਡੇ ਬਾਰੇ ਸੋਚ ਰਹੀ ਹੈ ਚਾਈਨਾ ਜਿਹੜਾ ਦਾਦਾਗिरी ਕਰਦਾ ਇਹਨੂੰ ਮੂੰਹ ਤੋੜ ਜਵਾਬ ਦਿੰਦਾ ਹੈ ਉਹ ਸਿਰਫ ਨਰਿੰਦਰ ਮੋਦੀ ਗਵਰਨਮੈਂਟ ਨੇ ਦਿੱਤਾ ਹੈ ਜਿਹਦੇ ਕਰਕੇ ਉਹਦੀ ਪੂਰੀ ਦੁਨੀਆ ਦੇ ਵਿੱਚ ਥੂਤੂ ਹੋਈ ਹੈ ਔਰ ਇਸ ਤੋਂ ਬਾਅਦ ਹੀ ਚਾਈਨਾ ਨੂੰ ਹਰ ਚੀਜ਼ ਦੇ ਵਿੱਚ ਇਹ ਆਪਣੇ ਆਪ ਨੂੰ ਬੈਕਸਟੈਪ ਕਰਨਾ ਪੈ ਰਿਹਾ ਹੈ ਬਹੁਤ ਵਧੀਆ ਇੱਕ ਕਦਮ ਦੇਸ਼ ਦੀ ਸਰਕਾਰ ਨੇ ਮੋਦੀ ਸਰਕਾਰ ਨੇ ਜੋ ਚੱਕਿਆ ਹੈ ਆਪਣੇ ਬਾਰਡਰ ਦੀ ਰੱਖਿਆ ਦੇ ਮੁੱਦੇ ਉੱਤੇ ਔਰ ਦੇਸ਼ ਦੀ ਸੈਨਾ ਨੂੰ ਸਲੂਟ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਫਰੰਟ ਫੁੱਟ ਤੇ ਆ ਕੇ ਦੇਸ਼ ਦੀ ਇਕਤਾ ਨੂੰ ਇਕਨਤਾ ਨੂੰ ਬਣਾਉਣ ਦਾ ਪ੍ਰਯਾਸ ਕੀਤਾ ਹੈ ਜੇ ਮੈਂ ਵਪਾਰੀ ਹੋਣ ਦੇ ਨਾਤੇ ਕੋਈ ਗੱਲ ਕਰਾਂ ਤੇ ਇੱਕ ਦੇਸ਼ ਦੇ ਲੋਕਾਂ ਦੇ ਵਿੱਚ ਇੱਕ ਜਾਗਰੂਤਾ ਜ਼ਰੂਰ ਪੈਦਾ ਹੋਈ ਹੈ ਕਿ ਜਿੰਨੇ ਵਿੱਚ ਦੇਸ਼ ਦੇ ਆਮ ਜਨ ਮਾਇਨਸ ਨੂੰ ਇਹ ਲੱਗਦਾ ਹੈ ਵੀ ਆਪਾਂ ਆਪਣੇ ਦੇਸ਼ ਦੇ ਬਣੀ ਹੋਈ ਚੀਜ਼ ਆਪਣੇ ਦੇਸ਼ ਦਾ ਬਣਿਆ ਪ੍ਰੋਡਕਟ ਯੂਜ਼ ਕਰਨਾ ਹੈ ਔਰ ਚਾਈਨਾ ਤੋਂ ਮੈਕਸਿਮਮ ਚੀਜ਼ਾਂ ਦਾ ਅਵੋਇਡ ਕਰਨਾ ਸੀ ਜਿਹੜੀਆਂ ਚਾਈਨਾ ਤੋਂ ਆਣ ਵਾਲੀ ਚੀਜ਼ਾਂ ਉਹਨੂੰ ਅਵੋਇਡ ਕਰਨਾ ਹੈ ਜਦੋਂ ਦੀ ਮੋਦੀ ਸਰਕਾਰ ਬਣੀ ਹੈ ਔਰ ਮੋਦੀ ਜੀ ਇਸ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਹੈ ਤਕਰੀਬ ਉਹਨਾਂ ਨੇ ਕੋਈ ਵੀ ਜਿਹੜਾ ਮੁੱਦਾ ਹੈ ਉਹਨੂੰ ਬੜੇ ਤਰੀਕੇ ਨਾਲ ਲਿਆ ਔਰ ਅੱਜ ਜਿਹੜਾ ਖਾਸ ਕਰਕੇ ਮੇਨ ਮੁੱਦਾ ਚਾਈਨਾ ਦੇ ਉੱਤੇ ਹੈ ਚਾਹੇ ਉਹ ਬਾਰਡਰ ਦੇ ਉੱਤੇ ਫੌਜੀਆਂ ਪ੍ਰਤੀ ਹੈ ਜਾਹੇ ਉਹਨਾਂ ਦੇ ਜਿੰਨੀਆਂ ਐਪ ਸੀ ਆਲਮੋਸਟ 643 ਐਪ ਸੀ ਗਿਆ ਜਿਹੜੇ ਕਿ ਪਿਛਲੇ ਸਮੇਂ ਵਿੱਚ ਚੱਲ ਰਹੀਆਂ ਸੀ ਹਿੰਦੁਸਤਾਨ ਕੀ ਪੂਰੇ ਵੱੜ ਦੇ ਵਿੱਚ ਉਹਦਾ ਬੜਾ ਅੱਛਾ ਡਿਸਾਈਡ ਕੀਤਾ ਮੋਦੀ ਸਾਹਿਬ ਨੇ ਸੂਬੇ 'ਚ ਕੋਵਿਡ-19 ਦੇ ਵੱਧੇ ਮਾਮਲਿਆਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਐਤਵਾਰ ਨੂੰ ਮੁਕੰਮਲ ਲਾਕਡਾਊਨ ਦਾ ਐਲਾਨ ਕੀਤਾ ਹੈ ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਮੁਤਾਬਕ 30 ਨਵੰਬਰ ਤੱਕ ਸੂਬੇ ਦੇ ਸਾਰੇ 160 ਮਿਊਨਿਸਪਲ ਖੇਤਰਾਂ 'ਚ ਅਗਲੀ ਹੁਕਮਤ ਤੱਕ ਐਤਵਾਰ ਨੂੰ ਲਾਕਡਾਊਨ ਲਾਇਆ ਜਾਵੇਗਾ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਸ਼ਨੀਵਾਰ ਵਾਲੇ ਦਿਨ ਲਾਕਡਾਊਨ ਨਹੀਂ ਹੋਵੇਗਾ ਬੁਲਾਰੇ ਨੇ ਦੱਸਿਆ ਕਿ ਸ਼ਰੀ ਇਲਾਕਿਆਂ 'ਚ ਮਹਾਂਮਾਰੀ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ਦੇ ਆਧਾਰ 'ਤੇ ਇਹ ਫੈਸਲਾ ਕੀਤਾ ਗਿਆ ਮਨਾ ਦੱਸਿਆ ਕਿ ਸਾਰੀ ਸ਼ਹਿਰਾਂ 'ਚ ਹਫਤੇ ਦੇ ਸਾਰੇ ਦਿ ਪਰੀ 5 ਵਜੇ ਤੱਕ ਗੈਰ ਜ਼ਰੂਰੀ ਵਿਅਕਤੀਗਤ ਆਵਾਜਾਈ ਤੇ ਪਾਬੰਦੀ ਹੋਵੇਗੀ ਜਦ ਕਿ ਜ਼ਰੂਰੀ ਸੇਵਾਵਾਂ ਸਮੇਤ ਅੰਤਰ ਸੂਬਾਈ ਅਤੇ ਸੂਬੇ ਅੰਦਰ ਆਵਾਜਾਈ ਨੂੰ ਛੋਟ ਦਿੱਤੀ ਗਈ ਹੈ ਇਸ ਤੋਂ ਇਲਾਵਾ ਕੌਮੀ ਤੇ ਸੂਬਾਈ ਮਾਰਗਾਂ ਤੇ ਵੀ ਆਵਾਜਾਈ ਚਾਲੂ ਰਹਿ ਸਕਦੀ ਹੈ ਤਾਜ਼ਾ ਹੁਕਮ ਮੁਤਾਬਕ ਸਿਹਤ ਖੇਤੀਬਾੜੀ ਡੇਰੀ ਮੱਛੀ ਪਾਲਣ ਬੈਂਕਾਂ ਤੇ ਏਟੀਐਮ ਨਾਲ ਸੰਬੰਧਿਤ ਗਤੀਵਿਧੀਆਂ ਨੂੰ ਛੋਟ ਦਿੱਤੀ ਗਈ ਹੈ ਸ਼ਹਿਰਾਂ ਅਤੇ ਸ਼ਾਪਿੰਗ ਮਾਲਾਂ, ਬਿਜਲੀਆਂ ਦੁਕਾਨਾਂ ਨੂੰ ਸੋਮਵਾਰ ਤੋਂ ਸ਼ਨੀਵਾਰ ਤੱਕ ਰਾਤ 9 ਵਜੇ ਤੱਕ ਖੁੱਲ੍ਹਿਆ ਜਾ ਸਕਦਾ ਹੈ। ਪੰਜਾਬ ਸਰਕਾਰ ਵੱਲੋਂ ਵਾਹਨਾਂ 'ਚ ਵਿਅਕਤੀਗਤ ਗਿਣਤੀ ਦੀ ਪਹਿਲੀ ਸ਼ਰਤ ਨੂੰ ਬਰਕਰਾਰ ਰੱਖਿਆ ਗਿਆ ਜਿਸ ਮੁਤਾਬਿਕ ਚੌਪਈਆ ਵਾਹਨਾਂ 'ਚ ਡਰਾਈਵਰ ਸਣੇ ਤਿੰਨ ਵਿਅਕਤੀ ਸਫ਼ਰ ਕਰ ਸਕਦੇ ਨੇ। ਇਸ ਤੋਂ ਇਲਾਵਾ ਬੱਸਾਂ ਤੇ ਜਨਤਕ ਆਵਾਜਾਈ ਵਾਹਨਾਂ 'ਚ ਬੈਠਣ ਦੀ ਸਮਰੱਥਾ ਦਾ 50% ਦੀ ਵਰਤਿਆ ਜਾਪੇਗਾ। ਇਸ ਤੋਂ ਇਲਾਵਾ ਸਮਾਜਿਕ, ਸਿਆਸੀ ਅਤੇ ਧਾਰਮਿਕ ਇਕੱਠਾਂ ਤੇ ਸੂਬੇ ਪੱਰਚ ਪਾਬੰਦੀ ਬਰਕਰਾਰ ਰਹੇਗੀ। ਹੁਕਮਾ ਮੁਤਾਬਿਕ ਵਿਆਸ ਸਮਾਗਮ ਚ ਵੱਤੋ ਵੱਤੀ ਅਤੇ ਅੰਤਿ ਕਾਰ ਬਿਲੀ ਵਧ ਤੂੰ ਵਦ 20 ਵਿਅਕਤੀ ਸ਼ਾਮਲ ਹੋ ਸਕਦੇ ਨੇ ਪੰਜਾਬ ਚ ਕੱਲ 2137 ਨਵੇਂ ਕੋਵਿਡ ਕੇਸਾਂ ਦੀ ਪੁਸ਼ਟੀ ਨਾਲ ਸੂਬੇ ਚ ਕੁੱਲ ਗਿਣਤੀ 69684 ਹੋ ਗਈ ਹੈ ਸਿਹਤ ਵਿਭਾਗ ਮੇ ਵੱਲੋਂ ਜਾਰੀ ਮੀਡੀਆ ਬੁਲੇਟਿਨ ਮੁਤਾਬਕ ਬੀਤੇ ਦਿਨ 71 ਮਰੀਜ਼ਾਂ ਨੇ ਜਾਨ ਗੁਆਈ ਜਿਸ ਨਾਲ ਮੌਤਾਂ ਦੀ ਗਿਣਤੀ 2061 ਤੱਕ ਪਹੁੰਚ ਗਈ ਹੈ ਵਿਭਾਗ ਨੇ ਦੱਸਿਆ ਕਿ ਲੁਧਿਆਣਾ ਚ ਕੱਲ 7 ਮੌਤਾਂ ਹੋਈਆਂ ਜਦਕਿ ਜਲੰਧਰ ਚ 11 ਪਟਿਆਲਾ ਚ 8 ਕਪੂਰਥਲਾ ਚ 6 ਸੰਗਰੂਰ ਤੇ ਬਠਿੰਡਾ ਵਿੱਚ 5-5 ਫਤਿਹਗੜ੍ਹ ਸਹਿਬ ਹੁਸ਼ਿਆਰਪੁਰ ਤੇ ਨਵਾਂ ਸ਼ਹਿਰ ਵਿੱਚ 4 ਮੌਤਾਂ ਦਰਜ ਕੀਤੀਆਂ ਗਈਆਂ ਬੀਤੇ ਦਿਨ ਮੋਹਾਲੀ ਚ 7 ਮੌਤਾਂ 319 ਨਵੇਂ ਕੇਸਾਂ ਦੀ ਸਰਚਾਂ ਤੋਂ 11 ਲੁਦੇਆਣਾ ਚ 240 ਜਲੰਧਰ ਵਿੱਚ 210 ਅਤੇ ਗੁਰਦਾਸਪੁਰ ਚ 173 ਨਵੇਂ ਕੇਸ ਸਾਹਮਣੇ ਆਏ ਸਿਹਤ ਮਹਿਕਮੇ ਮੁਤਾਬਕ ਕੱਲ 1231 ਮਰੀਜ਼ਾਂ ਨੂੰ ਸਿਹਤ ਯਾਬ ਹੁਣਮਗਰੋਂ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਸੂਬੇ ਚ ਹੁਣ ਤੱਕ 50558 ਮਰੀਜ਼ ਸਿਹਤ ਯਾਬ ਹੋ ਚੁੱਕੇ ਨੇ ਤੇ 17065 ਮਰੀਜ਼ ਇਲਾਜ ਅਧੀਨ ਨੇ ਉਹਨਾਂ ਦੱਸਿਆ ਕਿ ਇਲਾਜ ਅਧੀਨ ਮਰੀਜ਼ਾਂ ਵਿੱਚੋਂ 74 ਗੰਭੀਰ ਮਰੀਜ਼ਾਂ ਨੂੰ ਵੈਂਟੀਲੇਟਰ ਤੇ ਰੱਖਿਆ ਗਿਆ ਪੰਜਾਬ ਚ ਕੱਲ ਤੱਕ 126900 ਤੋਂ ਵੱਧ ਕੋਵਿਡ ਟੈਸਟ ਕੀਤੇ ਜਾ ਚੁੱਕੇ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਬਹੁਤ ਸਾਰੇ ਗਰੀਬ ਲੋਕਾਂ ਨੂੰ ਪੱਕੇ ਮਕਾਨ ਨਸੀਬ ਹੋਏ ਨੇ ਇਹਨਾਂ ਲੋਕਾਂ ਨੇ ਕੱਚੇ ਮਕਾਨਾਂ ਚ ਰਹਿੰਦਿਆਂ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ ਕਿ ਕਦੇ ਉਹ ਪੱਕੇ ਮਕਾਨ ਵੀ ਹਾਸਲ ਕਰ ਸਕਣਗੇ ਗਰੀਬੀ ਕਰ ਨੇ ਲੋਕ ਸਿਰਫ ਦੋ ਵਕਤ ਦੀ ਰੋਟੀ ਦਾ ਹੀ जुगाੜ ਕਰ ਸਕਦੇ ਸਨ ਮੁਹਾਲੀ ਜ਼ਿਲ੍ਹੇ ਵਿੱਚ ਵੀ ਗਰੀਬੀ ਰੇਖਾ ਤੋਂ ਹੇਠਾਂ ਰਹਿੰਦਿਆਂ ਇਹਨਾਂ ਲੋਕਾਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਪੱਕੇ ਮਕਾਨ ਹਾਸਲ ਹੋਏ ਪ੍ਰਸਾਰ پارٹی ਦੇ ਨੁਮਾਇੰਦੇ ਨੇ ਜ਼ਿਲ੍ਹੇ ਦੇ ਖਾਨਪੁਰ ਪਿੰਡ ਵਿੱਚ ਕਈ ਲਾਪਤਰੀਆਂ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਉਹਨਾਂ ਨੂੰ ਪੱਕੇ ਮਕਾਨ ਦੀ ਸਹੂਲਤ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਤਨਮਤ ਕੀਤਾ ਉਹਨਾਂ ਕਹਿ ਕੇ ਹੁਣ ਸਾਨੂੰ ਠੰਡ ਹਨੇਰੀ ਝੱਖੜ ਬਰਸਾਤ ਅਤੇ ਮੱਖੀ ਮੱਛਰ ਦੀ ਚਿੰਤਾ ਨਹੀਂ ਹੈ ਅਤੇ ਪੱਕੇ ਮਕਾਨ ਮਿਲਣ ਨਾਲ ਉਹਨਾਂ ਦਾ ਜੀਵਨ ਸੁਖਾਲਾ ਹੋ ਗਿਆ ਚੰਗਾ ਪੱਕਾ ਹੋ ਗਿਆ ਜਿਵੇਂ ਖਾਣਾ ਬਣਾਉਂਦੇ ਸੀ ਪਰ ਬਹੁਤ ਚੌਂਦਾ ਸੀ ਸਾਡਾ ਅੱਜ ਤੱਕ 50 ਸਾਲ ਉਹ ਚੌਂਦੇ ਆ ਗਏ पंतप्रधान ਮਾਤਰੀ ਆਵਾਸ ਯੋਜਨਾ ਹੋਇਆ ਵਿੱਚ ਸਾਡੇ ਘਰ ਕੱਚੇ ਤੋਂ ਪੱਕਾ ਹੋਇਆ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦੀ ਹਾਂ ਤੇ ਸਾਡਾ ਪਹਿਲਾ ਮਕਾਨ ਬਹੁਤ ਚੌਂਦਾ ਸੀਗਾ ਹੁਣ ਬਹੁਤ ਸੁਧਾਰ ਆ ਗਿਆ ਦੋ ਕਿਸ਼ਤਾਂ ਪਾਤੀਆਂ ਤੀਜੀ ਵੀ ਛੇਤੀ ਤੋਂ ਛੇਤੀ ਪਾਦੋ ਤਾਂ ਸਾਡਾ ਸੁਧਾਰ ਆਇਆ ਮੋਦੀ ਜੀ ਦਾ ਬਹੁਤ-ਬਹੁਤ ਧੰਨਵਾਦ ਸੱਚੇ ਤੇ ਪੱਕਾ ਮਕਾਨ ਹੋ ਗਿਆ ਇਹ ਸਾਡਾ ਤੁਹਾਡਾ ਬਹੁਤ ਧੰਨਵਾਦ ਹਮ ਦੋ ਕਿਸ਼ਤਾਂ ਸਾਡੇ ਪਾਤੀਆਂ ਸ਼ਾਇਦ ਸਾਨੂੰ ਬਹੁਤ ਔਖੀ ਸੀ ਜੀ ਜਦ ਮੀਂਹ ਕਣੀ ਚ ਚੌਂ ਲਾ ਜਾਂਦੇ ਤੇ ਮਕਾਨ ਯਾਨੀ ਹੁਣ ਸਾਡੀ ਜ਼ਿੰਦਗੀ ਠੀਕ ਆ ਜੀ ਪਹਿਲਾਂ ਤੇ ਹੁਣ ਹਾਂ ਜੀ ਤੁਹਾਡੀ ਬਹੁਤ ਧੰਨਵਾਦ ਆ ਮੋਦੀ ਸਾਹਿਬ ਦਾ ਸ਼ੁਕਰ ਹੈ ਮੋਦੀ ਸਾਹਿਬ ਦਾ ਜੀ ਜੀ ਨੇ ਸਾਨੂੰ ਚੱਲ ਕੱਚੇ ਮਕਾਨਾਂ ਤੇ ਪੱਕੇ ਦਾ ਬਣੇ ਜੀ ਸਸੇ ਕਹਿੰਦੇ ਸਾਡੀ ਜ਼ਿੰਦਗੀ ਕਦੀ ਬਣੂਗਾ ਸਾਡੇ ਪੱਕੇ ਹੁਣ ਹਾਂ ਜੀ ਹਾਂ ਜੀ ਜੰਮੂ ਕਸ਼ਮੀਰ ਵਿੱਚ ਕੰਟਰੋਲ ਰੇਖਾ ਨਾਲ ਲੱਗਦੇ ਪੁਂਛ ਜ਼ਿਲ੍ਹੇ ਦੇ ਦੇਗਵਾਰ ਅਤੇ ਮਾਲਤੀ ਸੈਕਟਰਾਂ 'ਚ ਬੀਤੀ ਸ਼ਾਮ ਪਾਕਿਸਤਾਨ ਵੱਲੋਂ ਗੋਲੀਬਾਰੀ ਕੀਤੀ ਗਈ ਰੱਖਿਆ ਬੁਲਾਰੇ ਕਰਨਲ ਦਵਿੰਦਰ ਆਨੰਦ ਨੇ ਦੱਸਿਆ ਕਿ ਬਿਨਾਂ ਪੜਕਾਊ ਕਾਰਵਾਈ ਦੇ ਪਾਕਿਸਤਾਨ ਫੌਜ ਵੱਲੋਂ ਅਗਲੇਰੀਆਂ ਭਾਰਤੀ ਚੌਕੀਆਂ ਨੂੰ ਨਿਸ਼ਾਨਾ ਬਣਾ ਕੇ ਫਾਇਰਿੰਗ ਕੀਤੀ ਗਈ ਤੇ ਮੋਰਟਾਰ ਦੇ ਗੋਲੇ ਦਾਗੇ ਗਏ ਭਾਰਤੀ ਫੌਜ ਨੇ ਪਾਕਿਸਤਾਨੀ ਗੋਲੀਬਾਰੀ ਦਾ ਅقرار ਜਵਾਬ ਦਿੱਤਾ ਉਹਨਾਂ ਨੇ ਦੱਸਿਆ ਕਿ ਪਾਕਿਸਤਾਨ ਵੱਲੋਂ ਫਾਇਰਿੰਗ ਲਗਾਤਾਰ ਕਈ ਕੰਟੇਨਟਾਂ 'ਤੇ ਕੀਤੀ ਗਈ ਰੱਖਿਆ ਬੁਲਾਰੇ ਮੁਤਾਬਕ ਕਾਰਵਾਈ ਦੌਰਾਨ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਤੇ ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੋਇਆ ਨਮਸਕਾਰ